ਦੈਨਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੱਲ ਹੋਏਗੀ ਪੰਜਾਬ ਦੀ ਸਿਆਸਤ ਦੀ ਕਿਉਂਕਿ ਸਾਰੇ ਪੰਜਾਬੀਆਂ ਦੀਆਂ ਨਿਗਾਹਾਂ ਪੰਜਾਬ ਦੀ ਸਿਆਸਤ ਉੱਤੇ ਟਿਕੀਆਂ ਹੋਈਆਂ ਨੇ ਇੱਕ ਨਿਗਾਹ ਕਿਸਾਨਾਂ ਉੱਤੇ ਵੀ ਨੇ ਕਿ ਕਿਸਾਨ ਕੀ ਫੈਸਲਾ ਕਰਦੇ ਨੇ ਚੋਣਾਂ ਦੇ ਮਾਮਲੇ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਬਕਾ ਇਸ ਅਫਸਰ ਸਰਦਾਰ ਗੁਰਤੇ ਸਿੰਘ ਨਾਲ ਜੋ ਪੰਜਾਬ ਦੀ ਸਿਆਸਤ ਤੇ ਤੇਜ਼ਤਰ ਨਿਗਾਹ ਰੱਖਦੇ ਨੇ ਸਰ ਸਵਾਗਤ ਹੈ ਤੁਹਾਡਾ ਥੈਂਕ ਯੂ ਕੋਕਰ ਜੀ ਆਕਾ ਕੀ ਲੱਗਦਾ ਤੁਹਾਨੂੰ ਪੰਜਾਬ ਦੀ ਸਿਆਸਤ ਕਿਸਾਨੀ ਤੋਂ ਬਿਨਾ ਸਖਣੀ ਰਹਿ ਜਾਏਗੀ ਇਸ ਵਾਰ ਦੇਖੋ ਆਪਾਂ ਕਈ ਰੰਗ ਦੇਖ ਚੁੱਕੇ ਹਾਂ ਸਿਆਸਤ ਦੇ ਵਿੱਚ ਔਰ ਜਿਹੜਾ ਵੀ ਕੋਈ ਆਇਆ ਹੈ ਅਜੇ ਤਾਈਂ ਤਾਂ ਲੁੱਟੇ ਰਹੀ ਆਇਆ ਹੈ ਨਾ ਕਿ ਹਰ ਕਿਸਮ ਦੇ ਮਾਫੀਆ ਬਣਾ ਕੇ ਸਾਨੂੰ ਲੁੱਟਿਆ ਗਿਆ ਫੇਰ ਸਾਨੂੰ ਕੁੱਟ ਕੁੱਟਣ ਦੀ ਵੀ ਕੋਈ ਕਸਰ ਨਹੀਂ ਰਹੀ ਫੇਰ ਕਤਲ ਕਰਨ ਦੀ ਵੀ ਕੋਈ ਕਸਰ ਨਹੀਂ ਰਹੀ ਮੇਰਾ ਖਿਆਲ ਆ ਪਿਛਲੇ ਸਾਲਾਂ ਦੇ ਵਿੱਚ ਦੇ ਬੋਝ ਥੱਲੇ ਦੱਬੇ 563000 ਕਿਸਾਨਾਂ ਦਾ 4700 ਕਰੋੜ ਰੁਪਏ ਕੀਤਾ ਕਰਜ਼ਾ ਮਾਫ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ 520 ਕਰੋੜ ਰੁਪਏ ਮਾਫ ਕਰ ਖੇਤ ਮਜ਼ਦੂਰ ਤੇ ਬੇਜਮੀਨੀ ਕਿਸਾਨਾਂ ਨੂੰ ਵੀ ਕੀਤਾ ਕਰਜ਼ੇ ਤੋਂ ਮੁਕਤ। 285000 ਪਰਿਵਾਰਾਂ ਦੀ ਸੀ ਕਰਜ਼ਾ ਮਾਫ ਕਰਦੇ। ਜਿਨ੍ਹਾਂ ਨੇ 25000 ਤੱਕ ਦਾ ਕਰਜ਼ਾ ਲਿਆ ਹੈ। ਚਾਹੇ ਉਹ 30000 ਹੋ ਗਿਆ ਕਿਉਂਕਿ ਪੈਸੇ ਹੈ ਨਹੀਂ ਸੀ ਨਹੀਂ ਦੇ ਪਾਏ ਚਾਹੇ 50 ਹੋ ਗਿਆ ਚਾਹੇ 75 ਹੋ ਗਿਆ ਵਿਆਜ ਵੀ ਸਾਰਾ माफ سود ਵੀ माफ ਆਪਣੇ ਇਲਾਕੇ ਦੇ 7445 ਪਰਿਵਾਰ ਜਿਨ੍ਹਾਂ ਦਾ ਅੱਜ ਅਸੀਂ ਚੈੱਕ ਬਣਾ ਕੇ ਲਿਆਏ ਆ ਤੁਹਾਨੂੰ ਦੇ ਰਹੇ ਪੰਜਾਬ ਸਰਕਾਰ ਦਾ ਇੱਕੋ ਸੰਕਲਪ ਪੰਜਾਬ ਚ ਕਿਸਾਨ ਤੇ ਕਿਸਾਨੀ ਰਵੇ ਸਦਾ ਖੁਸ਼ਹਾਲ ਚੰਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਡੀ ਗਰੀਬਾਂ ਦੀ ਉਹਨਾਂ ਨੇ ਸਾਰ ਲਿੱਤੀ ਹੈ ਸਾਡਾ ਕਰਜ਼ਾ ਮਾਫ ਕੀਤਾ ਹੈ ਅਸੀਂ ਇੱਕ ਗਰੀਬ ਨੂੰ ਸਾਨੂੰ ਰਾਹਤ ਮਿਲੀ ਮੇਰਾ ਸੀਐਮ ਚੰਨੀ ਸਾਹਿਬ ਨੇ ਕਰਜ਼ਾ ਮਾਫ ਕਰਿਆ ਮੈਂ ਸੀਐਮ ਚੰਨੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੈਂ ਬਹੁਤ ਖੁਸ਼ ਨਹੀਂ ਜੀਵਾ ਜਿਹਦਾ ਜਿਹਦਾ ਮੇਰਾ ਗਰੀਬ ਦਾ ਕਰਜ਼ਾ ਮਾਫ ਹੋ ਤਾਂ ਹੀ ਤਾਂ ਘਰ ਘਰ ਚੱਲੀ ਗੱਲ ਪੰਜਾਬ ਸਰਕਾਰ ਕਰਦੀ ਮਸਲੇ ਹੱਲ ਕੋੜ 2 3 ਲੱਖ ਬੰਦੇ ਮਾਰੇ ਜਾ ਚੁੱਕੇ ਨੇ ਸਾਡੇ ਔਰ ਫਿਰ ਤੁਸੀਂ ਦੇਖੋ ਵੀ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਇੱਥੇ ਜੇ ਕਿਸਾਨ ਆਉਣਗੇ ਤਾਂ ਕੋਈ ਨਵਾਂ ਐਲੀਮੈਂਟ ਆਏਗਾ ਔਰ ਜਿਸ ਤਰ੍ਹਾਂ ਇਹਨਾਂ ਦਾ ਕਿਰਦਾਰ ਰਿਹਾ ਹੈ ਸ਼ੰਭੂ ਬਾਰਡਰ ਤੇ ਜਾਂ ਬਾਕੀ ਦੇ ਸਾਰੇ ਬਾਰਡਰਸ ਦੇ ਉੱਤੇ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਹੈ ਤੇ ਦ੍ਰਿੜਤਾ ਇਹਨਾਂ ਨੇ ਦਿਖਾਈ ਹੈ ਤਾਂ ਇਹ ਪੰਜਾਬ ਦੇ ਮਸਲੇ ਵੀ ਹੱਲ ਕਰ ਸਕਦੇ ਨੇ ਇਹ ਕੋਈ ਐਡੇ ਗੰਭੀਰ ਮਸਲੇ ਨਹੀਂ ਬਹੁਤ ਸਾਰੇ ਤਾਂ ਸਿਰਫ ਇਹਨਾਂ ਦੀਆਂ ਕਮਜ਼ੋਰੀਆਂ ਤੇ ਸਾਡੇ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਤੇ ਇਹਨਾਂ ਦੀ ਲੁੱਟਮਾਰ ਨੀਤੀਆਂ ਦਾ ਰਿਜ਼ਲਟ ਹਨਗੇ ਤਾਂ ਜੇ ਇਹ ਬਦਲ ਹੋ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਇਹਨਾਂ ਨੂੰ ਪਾਰਟ ਲੈਣਾ ਚਾਹੀਦਾ ਸਿੱਧੀ ਸਿਆਸਤ ਕਰਨੀ ਚਾਹੀਦੀ ਆ ਸਿਆਸੀ ਪਾਰਟੀ ਬਣਾ ਕੇ ਚੋਣ ਲੜਨੀ ਚਾਹੀਦੀ ਆ ਜਾਂ ਫਿਰ ਇੱਕ ਦਬਾਅ ਗਰੁੱਪ ਬਣਾ ਲੈਣਾ ਚਾਹੀਦਾ ਕਿ ਡਰ ਇਹ ਸਿਆਸੀ ਪਾਰਟੀਆਂ ਨੂੰ ਕਿ ਆ ਗੱਲਾਂ ਤਾਂ ਮੰਨਣੀਆਂ ਪੈਣਗੀਆਂ ਕਿਸਾਨਾਂ ਦੀਆਂ ਤਾਂ ਸਾਨੂੰ ਵੋਟਾਂ ਪੈਣਗੀਆਂ ਇੱਕ ਕਮਿਟਮੈਂਟ ਜਾਂ ਇੱਕ ਵਾਅਦੇ ਕਿਸ ਤਰ੍ਹਾਂ ਦੇ ਕਿਸਾਨਾਂ ਨਾਲ ਸਿਆਸੀ ਪਾਰਟੀਆਂ ਕਰਨ ਤਾਂ ਕਿ ਪੰਜਾਬ ਦਾ ਕੁਝ ਸੰਭਾਰਿਆ ਜਾ ਸਕੇ ਮੈਂ ਗਰਗ ਸਿੰਘ ਦਾ ਬਿਆਨ ਪੜਿਆ ਸੀਗਾ ਸ਼ਾਇਦ ਤੁਸੀਂ ਸ਼ਾਇਆ ਕੀਤਾ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਇਹ ਆਪਣਾ ਦਬਾਅ ਬਣਾ ਕੇ ਰੱਖਣ ਤੇ ਸਿਆਸਤ ਦੇ ਵਿੱਚ ਦਾ ਹਿੱਸਾ ਨਾ ਲੈਣ ਲੇਕਿਨ ਜਿਹੜੀ ਗੱਲ ਬਣਨੀ ਹੈ ਨਾ ਉਹ ਖੋਕਰ ਸਾਹਿਬ ਉਹ ਇਸ ਤਰ੍ਹਾਂ ਨਹੀਂ ਬਣਨੀ ਤੇ ਬਗਲੇ ਨੂੰ ਫੜਨਾ ਤਾਂ ਉਹਦੇ ਸਿਰ ਤੇ ਮੋਹ ਰੱਖ ਦਿਓ ਢੜਕੇ ਅੱਖਾਂ 'ਚ ਪੈ ਜਾਏਗੀ ਫਿਰ ਫੜ ਲਓ ਇਸ ਤਰ੍ਹਾਂ ਨਹੀਂ ਹੈ ਇਸ ਦੀ ਸਿੱਧਾ ਜੁਝਣਾ ਪਊਗਾ ਕਿਉਂਕਿ ਕੋਈ ਅਸੀ ਗੱਲ ਨਹੀਂ ਹੈ ਕਿ ਕਿਸਾਨਾਂ ਦੇ ਕੋਲ ਜਿਹੜਾ ਕਿਸਾਨ ਦਾ ਪੁੱਤ ਹੈ ਨਾ ਉਹ 15 20 ਮੈਗਮੈਨ ਤਾਂ ਜਾਂਦਾ ਹੀ ਜਾਣਣ ਲੱਗ ਪੈਂਦਾ ਹੈ ਨਿਆਰੀ ਮੈਗਮੈਨ ਨਾਲ ਉਹਦਾ ਵਾਹ ਪੈਂਦਾ ਮੰਡੀ ਕਰਨ ਨਾਲ ਵਾਹ ਪੈਂਦਾ ਐਸ ਡੀ ਐਮ ਨਾਲ ਐਡਮਿਨਿਸਟ੍ਰੇਸ਼ਨ ਨਾਲ ਉਸ ਦੀ ਜਿਹੜੀ ਵਕਫੀਤ ਹੁੰਦੀ ਹੈ ਇਸ ਤੇ ਬਾਰੇ ਐਡਮਿਨਿਸਟ੍ਰੇਸ਼ਨ ਦੇ ਬਾਰੇ ਔਰ ਸਾਰੀ ਸਿਆਸਤ ਦੇ ਬਾਰੇ ਉਸ ਦੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਹਨਾਂ ਦੇ ਵਿੱਚੋਂ ਜੇ ਚੁਣ ਕੇ ਨਵੇਂ ਬੰਦੇ ਇਹ ਪਾਉਣਗੇ ਤੇ ਸਿਆਣੇ ਮੁੰਡੇ ਦੇਖੋ ਕਿੰਨੇ ਨੌਜਵਾਨ ਫਿਰਦੇ ਆਪਣੇ ਕੋਲੇ ਕਿੰਨੇ ਕੁਰਬਾਨੀ ਵਾਲੇ ਹਰ ਪਲ ਸਿਰ ਦੇਣ ਨੂੰ ਤਿਆਰ ਰਹਿੰਦੇ ਆ ਹੁਣ ਪਿੱਛੇ ਵੀ ਤੁਸੀਂ ਦੇਖਿਆ ਤੇ ਜੇ ਉਹ ਜੇ ਲੋਕ ਲੋਕਪੱਖੀ ਸਿਆਸਤ ਕਰਨਗੇ ਤਾਂ ਸਭ ਦਾ ਭਲਾ ਹੋਏਗਾ ਸੋ ਇਹ ਕਦੇ ਇਦਾਂ ਹੋਇਆ ਕਿ ਕੋਈ ਵੱਡੀ ਮੂਵਮੈਂਟ ਚੱਲੀ ਹੋਵੇ ਉਹ ਮੂਵਮੈਂਟ ਦੇ ਵਿੱਚੋਂ ਸਿਆਸੀ ਲੀਡਰ ਪੈਦਾ ਹੋਏ ਹੁਣ ਤੇ ਸਿਆਸੀ ਲੀਡਰ ਉਹ ਚੰਗੇ ਨਵੇਂ ਹੋਣ ਦੇਖੋ ਜਿਹੜੀ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਹਿੰਦੁਸਤਾਨ ਦੀ ਜਿਹੜੀ ਜਿਹਨੂੰ ਆਜ਼ਾਦੀ ਦੀ ਲਹਿਰ ਕਹਿੰਦੀ ਹੈ ਉਹ ਹੀ ਮੂਵਮੈਂਟ ਸੀਗੀ ਉਹਦੇ ਵਿੱਚੋਂ ਦੇਖੋ ਕਿੰਨੇ ਆਦਮੀ ਨਿਕਲੇ ਸੀਗੇ ਔਰ ਕਾਫੀ ਦਿਨ ਤੱਕ ਕਾਫੀ ਠੀਕ ਕੰਮ ਕਰਦੇ ਰਹੇ ਜੈਵਾਲਾ ਨਹਿਰੂ ਨੂੰ ਤੁਸੀਂ ਅਧੁਪਚਦ ਵੀ ਸਮਝੋ ਤਾਂ ਬਾਕੀ ਤੇ ਉਹਦੇ ਨਾਲ ਜਿਹੜੇ ਕਾਫੀ ਲੋਕ ਸਨ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਗਿਆ ਨਹੀਂ ਕਰਤਾਰ ਸਿੰਘ ਵਰਗੇ ਵੀ ਸਨ ਜਿਹੜੇ ਕਿ ਦਰਵੇਸ਼ ਲੋਕ ਔਰ ਬੜਾ ਉਸੇ ਸੰਪੂਰਨਾਂ ਨੰਦ ਹੁੰਦੇ ਸੀ ਯੂਪੀ ਦੇ ਵਿੱਚ ਕਈ ਸਾਰੇ ਲੋਕ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਆਏ ਨੇ ਚੰਦਰਸ਼ੇਖਰ ਦੇਖੋ ਜੇਪੀ ਵਾਲੀ ਮੂਵਮੈਂਟ ਦੇ ਵਿੱਚੋਂ ਨਿਕਲਿਆ ਸੀ ਔਰ 8-9 ਮਹੀਨਿਆਂ ਦੇ ਵਿੱਚ ਉਸਨੇ ਐਸਾ ਇਮਪ੍ਰੈਸ਼ਨ ਬਣਾ ਲਿਆ ਸੀਗਾ ਕਿ ਗਾਰਡੀਅਨ ਅਖਬਾਰ ਨੂੰ ਲਿਖਣਾ ਪਿਆ ਕਿ ਅਰਜੀਵ ਗਾਂਧੀ ਨੂੰ ਵੀ ਹੁਣ ਰਸ਼ਕ ਹੋਣ ਲੱਗ ਪਿਆ ਇਹ ਡਰਦਾ ਵੀ ਕਿਤੇ ਇਹ ਪੱਕਾ ਹੀ ਨਾ ਹੋ ਜਾਏ ਇੰਨੇ ਸੁਲਝੇ ਹੋਏ ਵਿਚਾਰ ਰਨਗੇ ਸੋ ਕਿਸਾਨਾਂ ਦੇ ਪੁੱਤਾਂ ਦੇ ਇਹੋ ਜਿਹੇ ਵਿਚਾਰ ਹੁੰਦੇ ਆ ਜਿਸ ਤਰ੍ਹਾਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਆਗੂਆਂ ਤੇ ਜਾ ਕੇ ਲੜਾਈ ਲੜੀ ਪੰਜਾਬ ਦੀ ਸਿਆਸਤ ਦਾ ਗੰਧਲਾਪਣ ਦੂਰ ਕਰਨ ਵਾਸਤੇ ਉਹ ਕਿਹੜੇ ਮੁੱਦੇ ਮੈਨ ਰੱਖਣ ਤੁਹਾਡਾ ਕੀ ਸੁਝਾਅ ਦੇਖੋ ਪੰਜਾਬ ਦੀ ਸਿਆਸਤ ਤਾਂ ਇਸ ਵੇਲੇ ਇੰਨੀ ਗੰਦਲੀ ਹੈ ਕਿ ਜੇ ਫਰਜ਼ ਕਰੋ ਉਹ ਲੁੱਟਮਾਰੀ ਬੰਦ ਕਰ ਦੇਣ ਤਾਂ ਅਸੀਂ ਸਾਰੇ ਕਰਜ਼ੇ ਮੋੜਨ ਦੇ ਕਾਮਯਾਬ ਹੋ ਜਾਾਂਗੇ ਔਰ ਜਿੰਨਾ ਵੀ ਪੰਜਾਬ ਦੀ ਡਿਵੈਲਪਮੈਂਟ ਹੈ ਉਹ ਇਸ ਤੋਂ ਵੱਧ ਕਰਨ ਦੇ ਕਾਬਿਲ ਹੋ ਜਾਾਂਗੇ ਕੋਈ ਵੀ ਅਸੀਂ ਚੀਜ਼ ਨਹੀਂ ਜਿਹੜੀ ਕਿ ਜੇ ਹੋਰ ਉਹ ਨੈਗੇਟਿਵ ਚੀਜ਼ ਹੈ ਤੁਸੀਂ ਹੁਣ ਦੇਖੋ ਅ ਅੱਜ ਤੁਸੀਂ ਉਹ 23 ਕਿਸੇ ਸਿਆਸਦਾਨ ਦਾ ਬਿਆਨ ਵੀ ਦੇਖਿਆ ਹੋਣਾ ਕਿ ਐਨੇ 700 ਏਕੜ ਫਲਾਨੇ ਚੀਫ ਮਿਨਿਸਟਰ ਨੇ ਕਬਜ਼ਾ ਕਰ ਲਿਆ ਜ਼ਮੀਨ ਦੇ ਉੱਤੇ ਐਨੇ 100 ਏਕੜ ਫਲਾਨੇ ਚੀਫ ਮਿਨਿਸਟਰ ਨੇ ਕਬਜ਼ਾ ਕਰ ਲਿਆ ਜੇ ਇਹ ਕਬਜ਼ੇ ਕਰਨ ਦੀ ਬਜਾਏ ਜਾਂ ਇਹ ਸੈਂਡ ਮਾਫੀਆ ਜਾਂ ਇਹ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਪੈਸੇ ਪਾਈ ਜਾਂਦੀ ਹੈ ਜੇ ਇਹ ਤੁਹਾਡੀ ਇਸ ਦੇ ਵਿੱਚ ਇੱਕ ਚੈਕਰ ਦੇ ਵਿੱਚ ਆਉਣ ਸਟੇਟ ਚੈਕਰ ਦੇ ਵਿੱਚ ਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੂੰ ਇਹ ਜਿਹੜੀ ਇੱਕ ਹੈਗੀ ਇਨਕਮ ਇਸ ਦੀ ਸ਼ਰਾਬ ਦੀ ਇਹ ਤਾਮਿਲਨਾਡੂ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਇੱਥੇ ਤੁਹਾਡੇ ਸ਼ਰਾਬ ਉਸ ਤੋਂ ਘੱਟ ਉਸ ਤੋਂ ਵੱਧ ਵਿਕਦੀ ਹੈ ਲੇਕਿਨ ਇਨਕਮ ਬੜੀ ਘੱਟ ਹੈ ਸੋ ਇਹ ਜਿਹੜੇ ਸਾਰਾ ਕੁਝ ਜੇ ਵਿੱਚ ਆਏਗਾ ਇੱਕ ਚੱਕਰ ਦੇ ਵਿੱਚ ਆਏਗਾ ਤੇ ਸਾਨੂੰ ਬਹੁਤ ਜ਼ਿਆਦਾ ਪਰਜਿਤ ਕਰਨ ਦੀ ਲੋੜ ਨਹੀਂ ਹੈ ਕਿਸਾਨ ਵੀ ਸੌਖੇ ਹੋ ਜਾਣਗੇ ਸਾਰਾ ਕੁਝ ਠੀਕ ਹੋ ਜਾਏਗਾ ਕੀ ਲੱਗਦਾ ਕਿ ਇਸ ਵਾਰ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਵੱਡਾ ਧਿਆਨ ਦੇਣਾ ਪਏਗਾ ਕਿਉਂਕਿ ਕਿਸਾਨਾਂ ਨੇ ਇੱਕ ਵੱਡੀ ਜੰਗ ਜਿੱਤੀ ਹੈ ਹੌਸਲੇਚ ਨੇ ਪੂਰਾ ਪੰਜਾਬ ਹੌਸਲੇਚ ਹੈ ਲੋਕਾਂ ਦੀਆਂ ਨਿਗਾਹਾਂ ਕਿਸਾਨਾਂ ਵੱਲ ਹੈਗੀਆਂ ਨੇ ਕਿ ਸਿਆਸਤ ਦੇ ਵਿੱਚ ਕੁਝ ਚੰਗਾ ਕਰਨਗੇ ਉਹਦਾ ਨੁਕਸਾਨ ਫਿਰ ਰਵਾਇਤੀ ਪਾਰਟੀ ਨੂੰ ਹੋਏਗਾ ਕਿਸ ਤਰ੍ਹਾਂ ਦਾ ਧਮਤਨ ਰਹਿਣ ਵਾਲਾ ਰਵਾਇਤੀ ਪਾਰਟੀਆਂ ਲਈ ਦੇਖੋ ਰਵਾਇਤੀ ਪਾਰਟੀਆਂ ਦਾ ਤੁਸੀਂ ਦੇਖਿਆ ਹੋਕਰ ਸਾਹਿਬ ਪਿਛਲੇ ਸਮਿਆਂ ਦੇ ਵਿੱਚ ਇੱਕ ਆਇਆ ਦੂਸਰਾ ਚਲਾ ਗਿਆ ਦੂਸਰਾ ਆਇਆ ਇੱਕ ਚਲਾ ਗਿਆ ਇਹ ਉਤਰਕਾਟੋ ਵਾਲਾ ਕੰਮ ਚੱਲਦਾ ਰਿਹਾ ਔਰ ਕੋਈ ਕਿਸੇ ਨੇ ਵੀ ਸਾਡੇ ਨਾਲ ਘਟ ਨਹੀਂ ਕੀਤੀ ਨਾ ਤਾਂ ਡਾਂਗਾ ਮਾਰਨ ਦੇ ਵਿੱਚ ਨਾ ਲੋਕਾਂ ਨੂੰ ਕੈਦ ਕਰਨ ਦੇ ਵਿੱਚ ਨਾ ਪੁਲਿਸ ਕੋਲੋਂ ਘਟਾਉਣ ਦੇ ਵਿੱਚ ਨਾ ਲੁੱਟਣ ਦੇ ਵਿੱਚ ਕਿਸੇ ਨੇ ਵੀ ਘਟ ਨਹੀਂ ਕੀਤੀ ਤਾਂ ਇਹਨਾਂ ਦੇ ਨਾਲ ਕੀ ਦੀ ਸymਪਤੀ ਹੋ ਸਕਦੀ ਹੈ ਜੇ ਕਿਸਾਨ ਆਉਂਦੇ ਨੇ ਤੇ ਇੱਕ ਰੈਵੋਲੂਸ਼ਨ ਹੋਏਗੀ ਔਰ ਬੜੀ ਸਾਇਲੈਂਟ ਰੈਵੋਲੂਸ਼ਨ ਡੈਮੋਕਰੈtic ਰੈਵੋਲੂਸ਼ਨ ਚਾਹੀਦੀ ਹੈ ਸਾਨੂੰ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਡੈਮੋਕਰੇਸੀ ਹੋਣੀ ਚਾਹੀਦੀ ਹੈ ਜਿਹੜੀ ਵੀ ਆਵੇ ਉਹ ਵੀ ਇਸ ਤਰ੍ਹਾਂ ਨਾ ਹੋਏ ਵੀ ਇੱਕ ਆਦਮੀ ਡਿਕਟੇਟਰ ਹੈ ਜਿਸ ਤਰ੍ਹਾਂ ਉਹ ਆਪਣਾ ਦਿੱਲੀ ਵਾਲਾ ਇਹਨਾਂ ਦੀ ਆਪ ਆਪ ਪਾਰਟੀ ਦੇ ਵਿੱਚ ਡਿਕਟੇਟਰ ਹੈ ਜਾਂ ਬਾਦਲ ਆਪਣੇ ਅਕਾਲੀ ਦਲ ਦੇ ਵਿੱਚ ਡਿਕਟੇਟਰ ਹੈ ਜਾਂ ਦੂਸਰੇ ਹਨਗੇ ਕੋਈ ਹਾਈ ਕਮਾਂਡ ਦੀ ਲੋੜ ਨਹੀਂ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਔਰ ਲੋਕ ਆਪਣੇ ਆਪ ਮਾਲਕ ਹੋਣੇ ਚਾਹੀਦੇ ਆ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਤਕਰੀਬਨ ਬੰਦਾਬਾਧਰ ਵਾਲੀ ਰੈਵਿਊਲੂਸ਼ਨ ਆ ਜਾਏਗੀ ਜਿਸ ਦੇ ਬਾਰੇ ਆਪਣੇ ਬਾਬਾ ਬੁੱਲੇ ਸ਼ਾਹ ਕਹਿੰਦੇ ਸੀ ਕਿ ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਸਹਿਰ ਪਿਆਲੇ ਪੀਤੇ ਇਹ ਤਾਂ ਮੁਗਲ ਹੈਗੇ ਇਹਨਾਂ ਤਾਂ ਮੁਗਲਾਂ ਨਾਲੋਂ ਅਫਗਾਨੀ ਨਾਲੋਂ ਵੱਧ ਸਾਨ ਨੂੰ ਲੁਕਿਆ ਤੇ ਜੇ ਇਹ ਚਲੇ ਜਾਂਦੇ ਤਾਂ ਸ਼ੁਕਰ ਕਰਾਂਗੇ ਰੱਬ ਦਾ ਤੇ ਜੇ ਇਹੋ ਜਿਹੇ ਬੰਦੇ ਆ ਜਾਂਦੇ ਨੇ ਦਰवेश ਜਿਹੜੇ ਕਿ ਉਥੇ ਸਾਲ ਭਰ ਤਪੱਸਿਆ ਕਰਕੇ ਆਏ ਨੇ ਤਾਂ ਸਾਨੂੰ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੋਏਗੀ ਪੰਜਾਬ ਇਸ ਦੇ ਵਾਸਤੇ ਤਿਆਰ ਵੀ ਹੈ ਸਿਆਸਤ ਦੇ ਵਿੱਚ ਵੱਖਰੇ ਰੰਗ ਐ ਤੇ ਵੀ ਦੇਖਣ ਨੂੰ ਮਿਲ ਸਕਦੇ ਆ ਕਿਸ ਤਰ੍ਹਾਂ ਦੇ ਤੁਸੀਂ ਚਾਹੋਗੇ ਸਿਆਸਤ ਦੇ ਵੱਖਰੇ ਰੰਗ ਰੰਗ ਕਿਸ ਤਰ੍ਹਾਂ ਦੇ ਹੋਣ ਦੇਖੋ ਸਿਆਸਤ ਦਾ ਜਿਹੜਾ ਸੋ ਤੋਂ ਵਧੀਆ ਕੰਮ ਤਾਂ ਇਹ ਹੈਗਾ ਕਿ ਲੋਕਾਂ ਦੇ ਅਧਿਕਾਰਾਂ ਨੂੰ ਉਹਨਾਂ ਨੂੰ ਵਾਪਸ ਸੰਪੇੜ ਜਾਵੇ ਆ ਕੱਲ ਪਰਸੋਂ ਅਸੀਂ ਮਨਾ ਕੇ ਹਟੀਆਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ 1948 ਦਾ ਡੈਕਲੇਰੇਸ਼ਨ ਹੈ ਤੇ ਅਜੇ ਤੱਕ ਤੁਸੀਂ ਲੋਕਾਂ ਨੂੰ ਦੇਖੋ ਆ ਜਿਹੜਾ ਐਜੂਕੇਸ਼ਨ ਹੈ ਐਜੂਕੇਸ਼ਨ ਲੋਕਾਂ ਦਾ ਹੱਕ ਹੈ ਔਰ ਐਜੂਕੇਸ਼ਨ ਤੋਂ ਬਿਨਾ ਕੋਈ ਬੰਦਾ ਡੈਮੋਕ੍ਰੇਸੀ ਚ ਪਾਰਟਿਸਪੇਟ ਹੀ ਨਹੀਂ ਕਰ ਸਕਦਾ ਡੈਮੋਕ੍ਰੇਸੀ ਦਾ ਕੋਈ मीनिंग ਨਹੀਂ ਰਹਿੰਦਾ ਜੇ ਲੋਕ ਐਜੂਕੇਟਡ ਨਹੀਂ ਹਨ ਤੇ ਸ ਬਾਕੀ ਸਾਰੀ ਦੁਨੀਆ ਨੇ ਕਿੰਨਾ ਕਿੰਨੀ ਤਰੱਕੀ ਕੀਤੀ ਹੈ ਔਰ ਅਸੀਂ ਕਿੰਨੇ ਥੱਲੇ ਡਿੱਗ ਪਏ ਆ ਸਾਡੇ ਰਣਜੀਤ ਸਿੰਘ ਦੇ ਜਮਾਨੇ ਚ ਤਾਂ 87% ਲੋਕ ਐਜੂਕੇਟਡ ਹੁੰਦੇ ਸੀ ਕਿ ਅੱਜ ਪੰਜਾਬ ਦਾ ਹਾਲ ਹਾਲ ਦੇਖ ਲਓ ਤੁਸੀਂ ਬਾਕੀ ਸੂਬਿਆਂ ਦਾ ਦੇਖੋ ਕਰਨਾ ਨੂੰ ਛੱਡ ਕੇ ਤੇ ਇਹ ਜਿਹੜੇ ਸਾਰੇ ਲੋਕ ਹਨਗੇ ਇਹ ਜਿਹੜੇ ਇਹਨਾਂ ਦੇ ਜਿਹੜੇ ਸਾਨੂੰ ਰੰਗ ਵਿਖਾਏ ਆ ਕਮ ਜ਼ਿਕਮ ਜੇ ਇਹੀ ਨਾ ਸਾਨੂੰ ਦਿਸਣ ਤੇ ਉਸ ਤੋਂ ਬਾਅਦ ਜਿਹੜਾ ਸੇ ਦਾ ਮਸਲਾ ਹੈਗਾ ਤੁਸੀਂ ਦੇਖੋ ਵੀ ਇੱਕ 15 ਰੁਪਏ ਦੀ ਦਵਾਈ ਲੈ ਕੇ ਆਉਂਦਾ ਬੰਦਾ ਸਟ੍ਰਿਪ ਲੈ ਕੇ ਆਉਂਦਾ ਤੇ ਉਹ ਸਾਨੂੰ 250 ਰੁਪਏ ਦੀ ਵੇਚਦਾ ਇਹ ਐਕਸਪਲੋਇਟੇਸ਼ਨ ਤਾਂ ਇਹ ਬੰਦ ਨਹੀਂ ਕਰ ਸਕਦੇ ਕਿਸਾਨ ਨੂੰ ਕਹਿੰਦੇ ਆ ਕਿ ਤੈਨੂੰ ਐਨਰਪੀਏ ਮਿਲਣਗੇ ਇੱਕ ਕੁੰਟਲ ਦੇ ਤੇ ਇਸ ਤੋਂ 1 ਰੁਪਿਆ ਵਧ ਨਹੀਂ ਮਿਲੇਗਾ ਕਿਉਂਕਿ ਲੋਕਾਂ ਦੀ ਫਿਰ ਕੀਮਤ ਵੱਧ ਜਾਂਦੀ ਹੈ ਤੇ ਆ ਜਿਹੜੀਆਂ ਵਧੀਆਂ ਹੋਈਆਂ ਕੀਮਤਾਂ ਜਿਹੜੇ ਲੁੱਟੇ ਜਾਂਦੇ ਨੇ ਲੋਕ ਖਾਹ ਮਖਾਈ ਰਾਹ ਦੇ ਵਿੱਚ ਇਹ ਇਹਨਾਂ ਦੇ ਬਾਰੇ ਕੀ ਹੈ ਆ ਸਬਜੀ ਦੀ ਗੱਲ ਦੇਖ ਲਓ ਤੁਸੀਂ गोभी किसान ਕੋਲ ਲੈਂਦੀ ਹੈ 3 ਰੁਪਏ ਕਿਲੋ ਤੇ ਕੰਜ਼ਿਊਮਰ ਨੂੰ ਦਿੰਦੀ ਹੈ 40 ਰੁਪਏ ਕਿਲੋ ਤੇ ਇਹ ਸਾਰਾ ਕੁਝ ਜਿਹੜਾ ਵਿਚੋ ਵਿਚਾਲੇ ਦਾ ਮਸਲਾ ਹੈਗਾ ਇਸ ਨੂੰ ਜੇ ਕਿਸਾਨ ਦੂਰ ਕਰ ਸਕਦੇ ਆ ਕਿਉਂਕਿ ਇਹਨੂੰ ਪਤਾ ਹੈ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਪਰ ਤੈਸਨ ਜੀ ਜਿਹੜੀ ਗੱਲ ਕੱਲੇ ਕਿਸਾਨ ਲੀਡਰਾਂ ਦੇ ਬਸ ਦੀ ਗੱਲ ਨਹੀਂ ਹੈਗੀ ਹੁਣ ਕਿਉਂਕਿ ਦਿੱਲੀ ਜਦੋਂ ਪੂਰਾ ਪੰਜਾਬ ਗਿਆ ਉਹ ਕਿਸਾਨ ਲੀਡਰਾਂ ਦੀ ਜਿਹੜੀ ਗੱਲ ਵੀ ਨਹੀਂ ਸੀ ਮੰਨ ਰਿਆ ਜੂਸ ਖਾਸ ਕਰਕੇ ਗਿਆ ਜੂਥ ਤੱਕੇ ਨਾਲ ਦਿੱਲੀ ਗਿਆ ਕਿਉਂਕਿ ਕਿਸਾਨ ਲੀਡਰਾਂ ਦਾ ਪਹਿਲਾ ਫੈਸਲਾ ਸੀ ਕਿ ਜਿੱਥੇ ਸਾਨੂੰ ਰੁਕੂਗੀ ਪੁਲਿਸ ਉੱਥੇ ਅਸੀਂ ਰੁਕ ਜਾਾਂਗੇ ਪੂਰਾ ਪੰਜਾਬ ਇੱਕ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਕਿਸਾਨ ਲੀਡਰਾਂ ਦੇ ਹੱਥ ਚਾ ਪੰਜਾਬ ਦੀ ਸਿਆਸਤ ਦੀ ਡੋਰ ਪੂਰੇ ਨੌਜਵਾਨਾਂ ਦੇ ਪੰਜਾਬ ਦਾ ਭਲਾ ਚਾਹਣ ਵਾਲਿਆਂ ਦੇ ਉਹ ਕੁਝ ਅਧਿਖ ਬੰਦੇ ਆ ਕੁਝ ਅਧਿਖ ਤਾਕਤਾਂ ਨੇ ਉਹ ਤਾਕਤਾਂ ਫਿਰ ਇੱਕ ਜੁੱਟ ਫੈਸਲਾ ਕੀ ਕਰਨ ਸਾਰੀਆਂ ਕਿਸਾਨ ਉਹਦੇ ਵਿੱਚ ਨੇ ਪਰ ਇੱਕ ਵੱਡੀ ਤਾਕਤ ਹੋਰ ਵੀ ਆ ਜਿਹੜੀ ਉਹਨਾਂ ਦੇ ਪਿੱਛੇ ਚੱਲ ਰਹੀ ਸੀ ਦੇਖੋ ਜਿਹੜੇ ਤੁਸੀਂ ਗਰੁੱਪਸ ਦੀ ਗੱਲ ਕਰ ਰਹੇ ਹੋ ਉਹ ਠੀਕ ਹੈ ਉਹਨਾਂ ਲੋਕਾਂ ਦੇ ਅੰਦਰ ਉਹ ਲਹਿਗਾ ਔਰ ਉਹਨਾਂ ਨੇ ਨਿਭਾਇਆ ਹੈ ਲੇਕਿਨ ਉਹਨਾਂ ਨੇ ਕਿਸਾਨ ਮੋਰਚੇ ਦੇ ਅਧੀਨ ਸਾਰਾ ਕੁਝ ਕੀਤਾ ਕੋਈ ਇੰਡੀਪੈਂਡੈਂਟਲੀ ਤਾਂ ਉਹਨਾਂ ਨੇ ਕੁਝ ਕੀਤਾ ਨਹੀਂ ਹੈ ਤੇ ਕਿਸਾਨਾਂ ਦੇ ਨਾਲ ਉਹ ਜੇ ਹੁਣ ਇਸ ਵੇਲੇ ਵੀ ਆਪਣਾ ਸਮਝੌਤਾ ਕਰ ਲੈਂਦੇ ਆ ਕਿਸੇ ਕਿਸਮ ਦਾ ਤੇ ਕਿਸਾਨ ਤੇ ਇਹ ਦੋਨੋਂ ਆਪਸ ਵਿੱਚ ਮਿਲ ਜਾਂਦੇ ਆ ਉਹ ਵੀ ਕਿਸਾਨ ਹਨਗੇ ਉਹ ਕੋਈ ਬਾਹਰੋਂ ਨਹੀਂ ਆਏ ਤਾਂ ਇਹ ਮਸਲਾ ਇੱਕੋ ਹੀ ਹੈ ਸਾਰਿਆਂ ਦਾ ਜੇ ਸਾਰੇ ਮਿਲ ਜਾਂਦੇ ਆ ਤੇ ਸਾਨੂੰ ਸ਼ਾਇਦ ਪੰਜਾਬ ਨੂੰ ਸੁਖ ਦਾ ਸਾਹ ਆ ਜਾਏ ਔਰ ਕਮ ਸੇ ਕਮ ਜਿਹੜੇ ਲੋਕ ਰੋਜ਼ ਦੀ ਰੋਜ਼ ਇਹ ਐਨਆਈਐਨ ਫੜ ਲੇ ਜੀ ਐਨ 15 ਫੜ ਲੇ ਹੁਣ ਇਹਨਾਂ ਦੇ ਖਾਲਿਸਤਾਨ ਬਣਾਉਂਦੇ ਸੀਗੇ ਨਾ ਕੋਈ ਖਾਲਿਸਤਾਨ ਦੀ ਗੱਲ ਹੈ ਨਾ ਕੋਈ ਬਾਤ ਹੈ ਇਹ ਰੋਜ਼ ਰੋਜ਼ ਸਾਡੇ ਫੜ ਕੇ 10 15 ਬੰਦੇ ਜੂਨ ਦੇ ਵਿੱਚ 10 15 ਬੰਦੇ ਨਵੰਬਰ ਦੇ ਵਿੱਚ ਮਾਰ ਦਿੰਦੇ ਸਾਡਾ ਤਾਂ ਫਿਰ ਗੱਲ ਉੱਥੇ ਨਿਬੜ ਗਈ ਜੋ ਤੁਸੀਂ ਕਹਿਣਾ ਜੋ ਕਹਿਣਾ ਚਾਹੁੰਦੇ ਹੋ ਕਿ ਇੱਕ ਮਹਾਪੰਚਾਇਤ ਹੋਵੇ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਸੁਧਾਰ ਕਰਨ ਵਾਸਤੇ ਉਹ ਤੁਹਾਡੀ ਕੋਈ ਹੈ ਮਨਸਾ ਵੀ ਐਵੇਂ ਦੀ ਹੋਵੇ ਜਾਂ ਕੀ ਸੁਝਾਅ ਕਿਸਾਨਾਂ ਨੂੰ ਦੇਖੋ ਇਹਦੇ ਵਿੱਚ ਬੇਸਿਕਲੀ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਚਾਹੀਦੀ ਹੈ ਆ ਮੈਂ ਤੁਹਾਨੂੰ ਤਕਾਬ ਦਿੱਤੀ ਹੈ ਇਸ ਦੇ ਵਿੱਚ ਕਈ ਸਾਰੇ ਬਾਹਰ ਦੇ ਲੋਕਾਂ ਨੇ ਤੇ ਕੁਝ ਇਥੋਂ ਦੇ ਲੋਕਾਂ ਨੇ ਮਿਲ ਕੇ ਇੱਕ ਕਨਸਟੀਟਿਊਸ਼ਨ ਬਣਾਈ ਹੈ ਜਿਹਦੇ ਵਿੱਚ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਜਿਹੜੀ ਕਿ ਸਰਬੱਤ ਖਾਲਸੇ ਦੇ ਵਿੱਚ ਹੁੰਦੀ ਸੀ ਜਿਹੜੀ ਕਿ ਖਾਲਸਾ ਪੰਚਾਇਤਾਂ ਦੇ ਵਿੱਚ ਰਣਜੀਤ ਸਿੰਘ ਦੇ ਸਮੇਂ ਵੀ ਹੁੰਦੀ ਸੀ ਰਣਜੀਤ ਸਿੰਘ ਵੀ ਜਿਹੜਾ ਆਰਡਰ ਕਰਦਾ ਸੀ ਨਾ ਉਹ ਕੋਈ ਫਾਈਨਲ ਆਰਡਰ ਨਹੀਂ ਸੀ ਹੁੰਦਾ ਉਹ ਉਹ ਜਿਹੜੀਆਂ ਪੰਚਾਇਤਾਂ ਸੀਗੀਆਂ ਉਹ ਡਿਸਾਈਡ ਕਰਦੀਆਂ ਸੀ ਕਿ ਅਗਾਂਹ ਕੀ ਕਰਨਾ ਰਣਜੀਤ ਸਿੰਘ ਨੇ ਆਪਣੇ ਆਪ ਵੀ ਆਪਣੇ ਮਹਿਲ ਦੇ ਵਿੱਚ ਗੇਟ ਦੇ ਉੱਤੇ ਉਸ ਨੂੰ ਜਿਹੜਾ ਮਾਸਟਰ ਆਫ ਸੇਰੇਮਨੀ ਸੀ ਖੁਸ਼ਾਲ ਸਿੰਘ ਉਸ ਨੂੰ ਆਰਡਰ ਦਿੱਤੇ ਹੋਏ ਸੀ ਵੀ ਜੇ ਮੇਰੇ ਕੋਲੋਂ ਕੋਈ ਗਲਤ ਫੈਸਲਾ ਹੋ ਜਾਂਦਾ ਤੇ ਮੈਂ ਗਲਤ ਚਿੱਠੀ ਇਸ਼ੂ ਕਰ ਦਿੰਦਾ ਔਰ ਡਿਊਟੀਦਾਰ ਦੀ ਡਿਊਟੀ ਹੈ ਕਿ ਉੱਥੇ ਹੀ ਰੋਕ ਲਵੇ ਬਾਹਰ ਨਾ ਜਾਣ ਦੇਵੇ ਤਾਂ ਇਹ ਜਿਹੜਾ ਡੈਮੋਕਰੈtic ਪ੍ਰਿੰਸੀਪਲ ਹੈ ਇਸ ਨੂੰ ਜਿੰਨੀ ਦੇਰ ਤੱਕ ਤੁਸੀਂ ਨਹੀਂ ਅਡਾਪਟ ਕਰਦੇ ਕਨਸਟੀਟਿਊਸ਼ਨ ਦੇ ਵਿੱਚ ਆਪਣੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਪਾਰਟੀ ਦੀ ਕਨਸਟੀਟਿਊਸ਼ਨ ਦੇ ਵਿੱਚ ਜਿਵੇਂ ਮਹਾਪੰਚਾਇਤ ਦਾ ਤੁਸੀਂ ਸੰਕਲਪ ਤੁਹਾਡੀ ਨਜ਼ਰ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਨਹੀਂ ਬਣਾਉਂਗੇ ਤਾਂ ਲੋਕਾਂ ਦਾ ਭਲਾਨੀ ਕਰ ਸਕਦੇ ਫਿਰ ਤੁਸੀਂ ਲੁੱਟਮਾਰ ਕਰਨ ਦਾ ਇੱਕ ਹੋਰ ਕਿਸੇ ਨੂੰ ਸਪਲਾਈ ਕਰਨ ਦਾ ਸਾਧਨ ਬਣਾਓਗੇ ਸਰਕਾਰ ਨੂੰ ਤੇ ਨਹੀਂ ਤਾਂ ਫਿਰ ਤੁਸੀਂ ਸਰਕਾਰ ਲੋਕਾਂ ਵਾਸਤੇ ਫਿਰ ਸਵਾਲ ਇਹ ਹੀ ਬਣਦਾ ਕਿ ਮਹਾ ਪੰਚਾਇਤ ਬੁਲਾਈ ਜਾਵੇ ਉੱਚਕ ਫੈਸਲਾ ਕੀਤਾ ਜਾਵੇ ਕਿ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਐਂਟਰੀ ਕੀਤੀ ਜਾਵੇ ਸਿੱਧੀ ਐਂਟਰੀ ਹੋਵੇ ਜਾਂ ਸਿੱਧੇ ਢੰਗ ਨਾਲ ਹੋਵੇ ਉਸ ਤੋਂ ਬਾਅਦ ਜੇ ਫੈਸਲਾ ਹੋ ਗਿਆ ਕਿ ਹਾਂ ਕਿਸਾਨ ਸਿਆਸਤ ਵਿੱਚ ਕੁਦ ਪੈਣ ਫਿਰ ਉੱਥੇ ਮਤਲਬ ਪਕਾਇਆ ਜਾ ਸਕਦਾ ਹਾਂ ਬਿਲਕੁਲ ਦੇਖੋ ਸਿਆਸਤ ਦਾ ਮਤਲਬ ਇਹ ਹੁੰਦਾ ਵੀ ਸਾਰਿਆਂ ਤੋਂ ਵੱਧ ਤੋਂ ਵੱਧ ਬੰਦੇ ਆਪਣੇ ਨਾਲ ਇਕੱਠੇ ਕਰਨ ਤੇ ਜੇ ਤਾਂ ਇਹ ਆਪਸ ਦੇ ਵਿੱਚ ਇਕੱਠੇ ਹੋ ਕੇ ਇਹ ਫੈਸਲਾ ਕਰ ਸਕਦੇ ਤਾਂ ਵੀ ਠੀਕ ਹੈ ਜੇ ਇਹਨਾਂ ਦੀ ਕੋਈ ਅਨਸ਼ਕ ਕਿਸਮ ਦੀ ਜਿਵੇਂ ਇੱਕ ਰਿਪਰੈਜ਼ੈਂਟੇਟਿਵ ਅਸੈਂਬਲੀ ਬੁਲਾ ਕੇ ਤੇ ਉਹਦੇ ਵਿੱਚ ਫੈਸਲਾ ਕਰ ਸਕਦੇ ਆ ਕਿ ਜੀ ਇਸ ਤਰ੍ਹਾਂ ਦਾ ਅਸੀਂ ਕਰਾਂਗੇ ਔਰ ਉਸ ਦੇ ਵਿੱਚ ਪੰਜਾਬ ਦੇ ਵਿੱਚ ਇੰਟਰਨ ਡੈਮੋਕ੍ਰੇਸੀ ਲਾਗੂ ਕਰਨੀ ਔਰ ਪੁਲਿਸ ਦਾ ਤਸ਼ੱਦਦ ਜਿਹੜਾ ਸਾਡੇ ਤੇ 78 ਤੋਂ 1978 ਤੋਂ ਚੱਲ ਰਿਹਾ ਇਹਨੂੰ ਬੰਦ ਕਰਨਾ ਪਵੇਗਾ ਟੋਟਲੀ ਔਰ ਇਹ ਬਿਲਕੁਲ ਨਜ਼ਾਇਜ਼ ਹੈ ਔਰ ਇਹ ਕਿਸੇ ਦਾ ਕੋਈ ਫਾਇਦਾ ਨਹੀਂ ਕਰ ਰਿਹਾ ਇਹ ਸਿਰਫ ਪੁਲਿਸ ਪੁਲਿਸ ਵਾਲਿਆਂ ਦਾ ਹੀ ਫਾਇਦਾ ਕਰ ਰਿਹਾ ਹੈ ਜਾਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾਲਕ ਜਿਹੜੇ ਡੰਡੇ ਮਾਰ ਕੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਉਹਨਾਂ ਦਾ ਫਾਇਦਾ ਕਰ ਰਿਹਾ ਹੈ ਤੇ ਇਸ ਨੂੰ ਬੰਦ ਕਰਨਾ ਪਵੇਗਾ ਇਸ ਤਰ੍ਹਾਂ ਦੇ ਪ੍ਰਸ਼ਾਸਨ ਨੂੰ ਫਿਰ ਜਿਹੜਾ ਹੈਗਾ ਇਹਨਾਂ ਦਾ ਇਸ ਦੀ ਜਿਹੜੀ ਬਿਊਰੋਕ੍ਰਾਸੀ ਹੈ ਉਹ ਵੀ ਮੇਰੇ ਖਿਆਲ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਕੋਈ ਕੁਝ ਵੀ ਨਹੀਂ ਕਰ ਰਹੀ ਕਾਫੀ ਦਿਨ ਤੋਂ ਮੈਂ ਦੇਖ ਰਿਹਾ ਪਿਛਲੇ 20 ਸਾਲਾਂ ਤੋਂ ਘਟੋ ਘਟ ਬਿਊਰੋਕਰੇਸੀ ਦੇ ਹੱਥੇ ਵਿੱਚ ਬਹੁਤ ਸਾਰਾ ਕੁਝ ਛੱਡ ਦਿੰਦੇ ਨੇ ਆਪਣੇ ਆਪ ਇਹ ਕੱਖ ਨਹੀਂ ਕਰਦੇ ਸ਼ਾਇਦ ਲੇਜ਼ਨੈਸ ਜਾਂ ਸਿਰਫ ਆਪਣਾ ਹੀ ਕੰਮ ਕਰਦੇ ਨੇ ਜਿਹੜੇ ਇਹਨਾਂ ਦੇ ਆਪਣੇ ਵਪਾਰਕ ਇੰਟਰਸਟ ਹੈਗੇ ਜਾਂ ਇਸ ਤਰ੍ਹਾਂ ਦੇ ਉਹਨਾਂ ਨੂੰ ਅਫਰਦਰ ਕਰਨ ਵਾਸਤੇ ਇਹ ਮਾੜੀ ਮੋਟੀ ਹਲਚਲ ਕਰਦੇ ਨੇ ਉਸ ਤੋਂ ਇਲਾਵਾ ਲੋਕਪੱਖੀ ਕੋਈ ਹਲਚਲ ਨਹੀਂ ਹੁੰਦੀ ਤਾਂ ਇਹਨਾਂ ਨੂੰ ਇਹ ਫੈਸਲਾ ਕਰਨਾ ਪਏਗਾ ਕਿ ਸਾਡੀ ਜਿਹੜੀ ਸਰਕਾਰ ਹੋਏਗੀ ਲੋਕਪੱਖੀ ਹੋਏਗੀ ਔਰ ਉਹ ਕੋਈ ਉਹਦੇ ਚ ਪਰਮਨੈਂਟ ਨਹੀਂ ਹੋਏਗਾ ਕਿ ਜੀ 15 ਸਾਲ 25 ਸਾਲ 30 ਸਾਲ 50 ਸਾਲ ਸਾਡਾ ਇੱਕੋ ਹੀ ਪ੍ਰਧਾਨ ਚੱਲਿਆ ਆ ਰਿਹਾ ਇਹਨਾਂ ਨੂੰ ਡੈਮੋਕਰੈtic ਕਨਸਟਿਚਿਊਸ਼ਨ ਬਣਾਣੀ ਪੈਗੀ ਜਿਸ ਤਰ੍ਹਾਂ ਦੀ ਪਹਿਲਾਂ ਅਕਾਲੀ ਦਲ ਦੀ ਹੁੰਦੀ ਸੀ ਜਿਸ ਤਰ੍ਹਾਂ ਦੀ ਆ ਤਿੰਨ ਚਾਰ ਅਸੀਂ ਸਟੱਡੀ ਕੀਤੀਆਂ ਸੀਗੀਆਂ ਕਨਸਟਿਚਿਊਸ਼ਨਸ ਅ ਅਮਰੀਕਾ ਦੀ ਕੈਨੇਡਾ ਦੀ ਆਸਟ੍ਰੇਲੀਆ ਦੀ ਜਿੰਨੀਆਂ ਵੀ ਫੈਡਰੇਸ਼ਨਸ ਹਨੀਆਂ ਪ੍ਰੋਮਿਨੈਂਟ ਵਰਲਡ ਦੀਆਂ ਉਹਨਾਂ ਦੀ ਕਨਸਟਿਚਿਊਸ਼ਨ ਕਨਸਟਿਚਿਊਸ਼ਨਸ ਆ ਇਹ ਨਹੀਂ ਸਮਝ ਲੋ ਵੀ ਸਟੱਡੀ ਕਰਕੇ ਤੇ ਅਸੀਂ ਇਹ ਸਮਝਾਨ ਬਣਾਇਆ ਸੀਗਾ ਇਸ ਕਿਸਮ ਦਾ ਸਮਝਾਉਣ ਇਹਨਾਂ ਨੂੰ ਅਡਾਪਟ ਕਰਨਾ ਪਏਗਾ ਔਰ ਫਿਰ ਕੰਟਰੋਲਿੰਗ ਫੋਰਸ ਰੱਖਣੀ ਪਏਗੀ ਇਹ ਨਾ ਹੋਵੇ ਕਿ ਤੁਸੀਂ ਲਾਂਚ ਕਰਦੇ ਬੰਦੇ ਬਣਾਤੇ ਮਨਿਸਟਰ ਤੇ ਉਹ ਜਾ ਕੇ ਫਿਰ ਉਸੇ ਕੰਦੇ ਉੱਤੇ ਫਿਰ ਸ਼ੁਰੂ ਹੋਗੇ ਇੱਕਪਾ ਬਾਰ ਬਾਰ ਕਿਸਾਨ ਸ਼ਬਦ ਵਰਤਦੇ ਆ ਪਰ ਕਿਸਾਨੀ ਅੰਦੋਲਨ ਦਾ ਦਾਇਰਾ ਵੱਡਾ ਸੀ ਹੋਰ ਵਰਗਾਂ ਦੇ ਲੋਕੀ ਵੀ ਜੁੜੋਏ ਸੀ ਨਾਲ ਕਿਉਂਕਿ ਜੇ ਮਹਾਪੰਚਾਇਤ ਹੁੰਦੀ ਹੈ ਕਿਸਾਨੀ ਵਾਲੀ ਉਹਦੇ ਵਿੱਚ ਹਰ ਵਰਗ ਦੇ ਕਿਉਂਕਿ ਆਰਤੀ ਵੀ ਇਹਨਾਂ ਦੇ ਸਾਥੀ ਸੀਗੇ ਮੱਧ ਵਰਗੀ ਛੋਟੇ ਵਪਾਰੀ ਛੋਟੇ ਕਾਰੋਬਾਰੀ ਸਾਰੇ ਨਾਲ ਜੁੜੇ ਹੋਏ ਸੀ ਇੱਕ ਵੱਡੀ ਮੂਵਮੈਂਟ ਬਣ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਕਹ ਰਹੇ ਹੋ ਕਿ ਇੰਟਰਨਲ ਡੈਮੋਕ੍ਰੇਸੀ ਹੋਵੇ ਫਿਰ ਮਹਾਪੰਚਾਇਤ ਬਣਾ ਕੇ ਕੋਈ ਵੱਡੇ ਫੈਸਲੇ ਲੈਣ ਦੀ ਲੋੜ ਆ ਮਿਲਣਾ ਦੇਖੋ ਜਿਹੜੇ ਨਾ ਕਿਸਾਨ ਲਫ਼ਜ਼ਾ ਆਪਾਂ ਵਰਦੇ ਆ ਇਹ ਸਿਰਫ ਕਿਸਾਨਾਂ ਵਾਸਤੇ ਨਹੀਂ ਹੈ ਇਹ ਸਾਰੇ ਕਿਸਾਨੀ ਤੁਹੰਦਿਆਂ ਦੇ ਨਾਲ ਤੁਸੀਂ ਜਿੰਨੇ ਵੀ ਤੁਹਾਡੇ ਆੜਤੀਏ ਹੋਣਗੇ ਨਾ ਉਹ ਆਪਣੀ ਕਿਸਾਨੀ ਦੇ ਵਿੱਚ ਵੀ ਉਹ ਮੂਰੇ ਮੂਰੇ ਹੋਣਗੇ ਉਹ ਆਪਣੀ ਕਿਸਾਨੀ ਉਹਨਾਂ ਦੀ ਪਿੰਡਾਂ ਦੇ ਵਿੱਚ ਇਹ ਆਪਾਂ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਬਾਕੀ ਲੋਕ ਜਿਹੜੇ ਪੰਜਾਬ ਦੇ ਵਿੱਚ ਹੁਣ ਜੋ ਕਿਸਾਨੀ ਦੇ ਡਿਪੈਂਡੈਂਟ ਹੈ ਜੇ ਉਹ ਟਰੈਕਟਰ ਰਿਪੇਅਰ ਕਰਨ ਵਾਲਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਬਾਹਰ ਕੱਢ ਸਕਦੇ ਹਾਂ ਸੋ ਜਿਹੜੇ ਜਿਹੜਾ ਬੀ ਸਪਲਾਈ ਕਰਨ ਵਾਲਾ ਜਿਹੜਾ ਰੇ ਸਪਲਾਈ ਕਰਦਾ ਲੋਕਾਂ ਨੂੰ ਉਹ ਉਹ ਵੀ ਕਿਸਾਨੀ ਹੋ ਗਿਆ ਸੋ ਕਿਸਾਨੀ ਆਪਣੇ ਪੰਜਾਬ ਦੇ ਕੰਟੈਕਸਟ ਦੇ ਵਿੱਚ ਸੰਦਰਭ ਦੇ ਵਿੱਚ ਇਹ ਇੱਕ ਆਲ ਕੰਪਰੀਹੈਂਸਿਵ ਲਫ਼ਜ਼ ਹੈ 60 70% ਹਾਂ 60 ਹਾਂ ਤੇ ਬਾਕੀ ਲੋਕਾਂ ਦਾ ਇੰਟਰਸਟ ਵੀ ਇਹਨਾਂ ਨੇ ਵਾਚ ਕਰਨਾ ਜਿਹੜੀ ਜਿਹੜੀ ਹੁੰਦੀ ਹੈ ਨਾ ਡੈਮੋਕ੍ਰੇਸੀ ਇਹ ਮੈਜੋਰਿਟੀ ਦੇ ਡੈਮੋਕ੍ਰੇਸੀ ਨਹੀਂ ਹੁੰਦੀ ਵੀ ਤੁਹਾਡੇ ਕੋਲੇ ਬੰਦੇ ਜਿਆਦਾ ਸਾਰੇ ਡਾਂਗਾ ਮਾਰ ਲਓ ਇਹ ਹੁੰਦੀ ਹੈ ਮਾਈਨੋਰਿਟੀਸ ਨੂੰ ਤੁਸੀਂ ਕਿਸ ਤਰ੍ਹਾਂ ਟਰੀਟ ਕਰਦੇ ਹੋ ਜਿਹੜੇ ਘੱਟ ਗਿਣਤੀ ਲੋਕ ਹਨਗੇ ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਸਤਿਕਾਰ ਕਾਇਮ ਰੱਖਦੇ ਹੋ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਸੈਟੀਸਫਾਈ ਕਰਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਇੰਟਰਸਟ ਵਾਚ ਕਰਦੇ ਇਸ ਦੇ ਬਾਰੇ ਡੈਮੋਕ੍ਰੇਸੀ ਹੁੰਦੀ ਹੈ ਅ ਜੇ ਇਹੋ ਜੀ ਡੈਮੋਕ੍ਰੇਸੀ ਲਿਆਉਣਗੇ ਤਾਂ ਏਸ਼ੀਆ ਦੇ ਵਿੱਚ ਇਹ ਚਾਨਣ ਮੁਨਾਰਾ ਬਣ ਜਾਣੀ ਹੈ ਸੋ ਇਹ ਸਾਨੂੰ ਗੁਰਤੇਜ ਸਿੰਘ ਜੀ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਵੱਡੀ ਉਥਲ-ਪੁਥਲ ਕਰਨ ਵਾਸਤੇ ਵੱਡਾ ਹਮਲਾ ਮਾਰਨਾ ਚਾਹੀਦਾ ਹੈ ਕਿਉਂਕਿ ਬਹੁਤੇ ਲੋਕ ਕਿਸਾਨਾਂ ਤੋਂ ਉਮੀਦ ਲਗਾ ਕੇ ਬੈਠੇ ਨੇ ਜੇਕਰ ਕਿਸਾਨ ਲੀਡਰ ਚਾਉਣਗੇ ਤਾਂ ਸਿਆਸਤ ਦਾ ਗੰਧਲਾਪਣ ਵੀ ਉਹ ਦੂਰ ਕਰ ਸਕਣਗੇ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤਬਾਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460